ਅੱਜ ਬੱਚੀਆਂ ਆਪਣੇ ਘਰ ਆਈ ਹੈ, ਆਪਣੇ ਉਹਨਾਂ ਦਾ ਬਰਥਡੇ ਸੀਗਾ, ਅਸੀਂ ਆਪਣਾ ਬਰਥਡੇ ਦੀ ਖੁਸ਼ੀ ਦੇ ਵਿੱਚ ਕੇਕ ਕਟਾਇਆ, ਉਹਨਾਂ ਨੂੰ ਅਸੀਂ ਗਿਫਟ ਦੇ ਵਿੱਚ ਸਾਰਿਆਂ ਦੇ ਵੋਟ ਉਹਨਾਂ ਨੂੰ ਦੇਵਾਂਗੇ, ਸਾਡਾ ਸਾਰਾ ਮਹੱਲਾ ਉਹਨਾਂ ਨੂੰ ਵੋਟ ਦੇਗਾ, ਅਸੀਂ ਅਕਾਲੀਆਂ ਨੂੰ ਜਿਤਾਵਾਂਗੇ। ਵੋਟ ਅਸੀਂ ਦੇਣੀ, ਉਹਨਾਂ ਨੇ ਸਾਡਾ ਵਿਕਾਸ ਕਰਵਾਇਆ ਬਠਿੰਡਾ ਸ਼ਹਿਰ ਦਾ, ਪੂਰੇ ਪੰਜਾਬ ਦਾ ਵਿਕਾਸ ਉਹਨਾਂ ਨੇ ਕਰਵਾਇਆ ਹੈਗਾ, ਅਸੀਂ ਉਹਨਾਂ ਨੂੰ ਹੀ ਵੋਟ ਦੇਵਾਂਗੇ। ਸਾਡੇ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰ ਆਏ, ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰ ਆਏ, ਕਿਉਂਕਿ ਸਾਡੇ ਬਾਦਲ ਪਰਿਵਾਰ ਨੇ ਸਾਡੇ ਸ਼ੁਰੂ ਤੋਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਪੀੜ੍ਹੀ ਚੱਲ ਰਹੀ ਹੈ ਸਾਡੇ ਨਾਲ, ਹੁਣ ਅਸੀਂ ਸਾਡੀ ਬਹੁਤ ਸਾਰੀ ਉਹਨਾਂ ਨਾਲ ਹੀ ਗਈ ਹੈ, ਉਹਨਾਂ ਨੇ ਸਾਰਾ ਸੁਧਾਰ ਕੀਤਾ। ਅੱਗੇ ਕਈ ਆਈਆਂ ਵੋਟਾਂ ਸੀ, ਕਿਸੇ ਨੇ ਸਭ ਦੀਆਂ ਦੇਖਿਆ, ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ, ਪਰ ਸਾਡੇ ਬਾਦਲ ਪਰਿਵਾਰ ਦੇ ਬੱਚੇ ਆਏ ਆ, ਸਾਨੂੰ ਸਰਪ੍ਰਾਈਜ਼ ਮਿਲਿਆ ਉਹਨਾਂ ਦਾ, ਬੱਚਿਆਂ ਦਾ, ਕਿਉਂਕਿ ਉਹ ਬੱਚਿਆਂ ਦਾ ਅੱਜ ਬਰਥਡੇ ਸੀਗਾ ਬੱਚਿਆਂ ਦਾ, ਸਾਨੂੰ ਇੰਨੀ ਖੁਸ਼ੀ ਹੋਈ ਬੱਚਿਆਂ ਨੂੰ, ਸਾਨੂੰ ਅਸੀਂ ਸਾਨੂੰ ਸਰਪ੍ਰਾਈਜ਼ ਦਿੱਤਾ, ਅਸੀਂ ਉਹਨਾਂ ਨੂੰ ਰਿਟਰਨ ਗਿਫਟ ਦੇਵਾਂਗੇ, ਅਸੀਂ ਉਹਨਾਂ ਨੂੰ ਕਿ ਅਸੀਂ ਉਹਨਾਂ ਨੂੰ ਵੋਟ ਦੇ ਕੇ ਅਸੀਂ ਉਹਨਾਂ ਨੂੰ ਜਿਤਾਉਣਾ ਹੈ, ਕਿ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਸੀ, ਕਿ ਸਾਡੀ ਸਾਰਿਆਂ ਦੀ ਵੋਟ ਸਾਡੀ ਉਹਨਾਂ ਦੇ ਨਾਲ। ਸਾਡੇ ਏਰੀਆ ਦਾ ਉਹਨਾਂ ਨੇ ਹਰਸਿਮਰਤ ਜੀ ਨੇ ਬਹੁਤ ਵਧੀਆ ਵਿਕਾਸ ਕੀਤਾ ਜੀ, ਏਮਸ ਲਿਆਂਦਾ ਇੱਥੇ ਉਹਨਾਂ ਨੇ, ਏਅਰਪੋਰਟ ਲਿਆਂਦਾ ਜਿਹਦੀ ਸਾਨੂੰ ਕੋਈ ਉਮੀਦ ਨਹੀਂ ਸੀਗੀ, ਵਧੀਆ ਆਪਣਾ ਵਧੀਆ ਆਪਣਾ ਮਾਹੌਲ ਸਭ ਕੁਛ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ, ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਵੋਟ ਦੇ ਕੇ ਜਿਤਾਵਾਂਗੇ, ਤਾਂ ਕਿ ਸਾਡੇ ਵਿਕਾਸ ਦਾ ਦੁਬਾਰਾ ਫਿਰ ਸਾਡੇ ਏਰੀਆ ਦਾ ਦੁਬਾਰਾ ਫਿਰ ਵਧੀਆ ਵਿਕਾਸ ਹੋਵੇ ਜੀ, ਅਸੀਂ ਇਹੀ ਚਾਹੁੰਦੇ ਹਾਂ ਜੀ, ਇਸ ਕਰਕੇ ਉਹਨਾਂ ਨੂੰ ਵੋਟ ਦੇਣਾ ਚਾਹੁੰਦੇ ਹਾਂ। ਸਾਡੇ ਸਾਰਿਆਂ ਦੀ ਵੋਟਾਂ ਉਹਨਾਂ ਨੂੰ ਹੈਗੀਆਂ, ਸਾਡੇ ਘਰ ਬੱਚੇ ਆਏ ਸੀ ਉਹਨਾਂ ਨੂੰ, ਅਸੀਂ ਆਪਣਾ ਸਾਡੀ ਇਹੀ ਵਿਸ਼ ਹੈ ਜੀ, ਅਸੀਂ ਉਹਨਾਂ ਨੂੰ ਵੋਟ ਦੇ ਕੇ ਜਿਤਾਵਾਂਗੇ, ਜਿਹੜਾ ਉਹਨਾਂ ਦਾ ਜਨਮ ਦਿਨ ਸੀ ਉਹਦਾ ਉਹਨਾਂ ਦਾ ਅਸੀਂ ਰਿਟਰਨ ਗਿਫਟ ਉਹਨਾਂ ਨੂੰ ਜਿਤਾ ਕੇ ਵੋਟ ਦੇ ਕੇ ਜਿਤਾਵਾਂਗੇ ਜੀ। ਅੱਜ ਬੱਚੀਆਂ ਆਪਣੇ ਘਰ ਆਈ ਹੈ, ਆਪਣੇ ਉਹਨਾਂ ਦਾ ਬਰਥਡੇ ਸੀਗਾ, ਅਸੀਂ ਆਪਣਾ ਬਰਥਡੇ ਦੀ ਖੁਸ਼ੀ ਦੇ ਵਿੱਚ ਕੇਕ ਕਟਾਇਆ, ਉਹਨਾਂ ਨੂੰ ਅਸੀਂ ਗਿਫਟ ਦੇ ਵਿੱਚ ਸਾਰਿਆਂ ਦੇ ਵੋਟ ਉਹਨਾਂ ਨੂੰ ਦੇਵਾਂਗੇ, ਸਾਡਾ ਸਾਰਾ ਮਹੱਲਾ ਉਹਨਾਂ ਨੂੰ ਵੋਟ ਦੇਗਾ, ਅਸੀਂ ਅਕਾਲੀਆਂ ਨੂੰ ਜਿਤਾਵਾਂਗੇ। ਵੋਟ ਅਸੀਂ ਦੇਣੀ, ਉਹਨਾਂ ਨੇ ਸਾਡਾ ਵਿਕਾਸ ਕਰਵਾਇਆ ਬਠਿੰਡਾ ਸ਼ਹਿਰ ਦਾ, ਪੂਰੇ ਪੰਜਾਬ ਦਾ ਵਿਕਾਸ ਉਹਨਾਂ ਨੇ ਕਰਵਾਇਆ ਹੈਗਾ, ਅਸੀਂ ਉਹਨਾਂ ਨੂੰ ਹੀ ਵੋਟ ਦੇਵਾਂਗੇ। ਸਾਡੇ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰ ਆਏ, ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰ ਆਏ, ਕਿਉਂਕਿ ਸਾਡੇ ਬਾਦਲ ਪਰਿਵਾਰ ਨੇ ਸਾਡੇ ਸ਼ੁਰੂ ਤੋਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਪੀੜ੍ਹੀ ਚੱਲ ਰਹੀ ਹੈ ਸਾਡੇ ਨਾਲ, ਹੁਣ ਅਸੀਂ ਸਾਡੀ ਬਹੁਤ ਸਾਰੀ ਉਹਨਾਂ ਨਾਲ ਹੀ ਗਈ ਹੈ, ਉਹਨਾਂ ਨੇ ਸਾਰਾ ਸੁਧਾਰ ਕੀਤਾ। ਅੱਗੇ ਕਈ ਆਈਆਂ ਵੋਟਾਂ ਸੀ, ਕਿਸੇ ਨੇ ਸਭ ਦੀਆਂ ਦੇਖਿਆ, ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ, ਪਰ ਸਾਡੇ ਬਾਦਲ ਪਰਿਵਾਰ ਦੇ ਬੱਚੇ ਆਏ ਆ, ਸਾਨੂੰ ਸਰਪ੍ਰਾਈਜ਼ ਮਿਲਿਆ ਉਹਨਾਂ ਦਾ, ਬੱਚਿਆਂ ਦਾ, ਕਿਉਂਕਿ ਉਹ ਬੱਚਿਆਂ ਦਾ ਅੱਜ ਬਰਥਡੇ ਸੀਗਾ ਬੱਚਿਆਂ ਦਾ, ਸਾਨੂੰ ਇੰਨੀ ਖੁਸ਼ੀ ਹੋਈ ਬੱਚਿਆਂ ਨੂੰ, ਸਾਨੂੰ ਅਸੀਂ ਸਾਨੂੰ ਸਰਪ੍ਰਾਈਜ਼ ਦਿੱਤਾ, ਅਸੀਂ ਉਹਨਾਂ ਨੂੰ ਰਿਟਰਨ ਗਿਫਟ ਦੇਵਾਂਗੇ, ਅਸੀਂ ਉਹਨਾਂ ਨੂੰ ਕਿ ਅਸੀਂ ਉਹਨਾਂ ਨੂੰ ਵੋਟ ਦੇ ਕੇ ਅਸੀਂ ਉਹਨਾਂ ਨੂੰ ਜਿਤਾਉਣਾ ਹੈ, ਕਿ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਸੀ, ਕਿ ਸਾਡੀ ਸਾਰਿਆਂ ਦੀ ਵੋਟ ਸਾਡੀ ਉਹਨਾਂ ਦੇ ਨਾਲ। ਸਾਡੇ ਏਰੀਆ ਦਾ ਉਹਨਾਂ ਨੇ ਹਰਸਿਮਰਤ ਜੀ ਨੇ ਬਹੁਤ ਵਧੀਆ ਵਿਕਾਸ ਕੀਤਾ ਜੀ, ਏਮਸ ਲਿਆਂਦਾ ਇੱਥੇ ਉਹਨਾਂ ਨੇ, ਏਅਰਪੋਰਟ ਲਿਆਂਦਾ ਜਿਹਦੀ ਸਾਨੂੰ ਕੋਈ ਉਮੀਦ ਨਹੀਂ ਸੀਗੀ, ਵਧੀਆ ਆਪਣਾ ਮਾਹੌਲ ਸਭ ਕੁਛ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ, ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਵੋਟ ਦੇ ਕੇ ਜਿਤਾਵਾਂਗੇ, ਤਾਂ ਕਿ ਸਾਡੇ ਵਿਕਾਸ ਦਾ ਦੁਬਾਰਾ ਫਿਰ ਸਾਡੇ ਏਰੀਆ ਦਾ ਦੁਬਾਰਾ ਫਿਰ ਵਧੀਆ ਵਿਕਾਸ ਹੋਵੇ ਜੀ, ਅਸੀਂ ਇਹੀ ਚਾਹੁੰਦੇ ਹਾਂ ਜੀ, ਇਸ ਕਰਕੇ ਉਹਨਾਂ ਨੂੰ ਵੋਟ ਦੇਣਾ ਚਾਹੁੰਦੇ ਹਾਂ। ਸਾਡੇ ਸਾਰਿਆਂ ਦੀ ਵੋਟਾਂ ਉਹਨਾਂ ਨੂੰ ਹੈਗੀਆਂ, ਸਾਡੇ ਘਰ ਬੱਚੇ ਆਏ ਸੀ ਉਹਨਾਂ ਨੂੰ, ਅਸੀਂ ਆਪਣਾ ਸਾਡੀ ਇਹੀ ਵਿਸ਼ ਹੈ ਜੀ, ਅਸੀਂ ਉਹਨਾਂ ਨੂੰ ਵੋਟ ਦੇ ਕੇ ਜਿਤਾਵਾਂਗੇ, ਜਿਹੜਾ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਦਾ ਅਸੀਂ ਰਿਟਰਨ ਗਿਫਟ ਉਹਨਾਂ ਨੂੰ ਜਿਤਾ ਕੇ ਵੋਟ ਦੇ ਕੇ ਜਿਤਾਵਾਂਗੇ ਜੀ।